ਅਸੀਂ ਸਰ ਇਹ ਅਸਥੀਆਂ ਇਨਸਾਫ ਦੀ ਮੰਗ ਕਰਨ ਵਾਸਤੇ ਰੱਖੀਆਂ ਹੋਈਆਂ ਨੇ। 2 ਮਹੀਨਿਆਂ ਤੋਂ ਸਾਨੂੰ ਖੱਜਲ ਖੁਆਰ ਕੀਤਾ ਗਿਆ ਅਤੇ ਸੁਸਾਈਡ ਕਰ ਗਿਆ ਜਿਨ੍ਹਾਂ ਦੇ ਕਾਰਨ ਕਰਕੇ ਕੀਤਾ। ਉਹ ਜਨਾਨੀਆਂ ਅੱਜ ਵੀ ਆਜ਼ਾਦ ਘੁੰਮ ਰਹੀਆਂ ਨੇ। ਅਤੇ ਉਹਨਾਂ ਨੂੰ ਬਣਦੀ ਕਾਰਵਾਈ ਕੀਤੀ ਜਾਵੇ। ਸਾਡਾ ਬੰਦਾ ਦੁਨੀਆ ਤੋਂ ਚਲਿਆ ਗਿਆ, ਉਹਨੇ ਤਾਂ ਮੁੜਨਾ ਨਹੀਂ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਕੱਲ੍ਹ ਨੂੰ ਕੋਈ ਹੋਰ ਕਿਸੇ ਦਾ ਧੀ ਪੁੱਤ ਨਾ ਉਹਨਾਂ ਦੇ ਕਾਬੂ 'ਚ ਆ ਜਾਏ ਅਤੇ ਹੋਰ ਵੀ ਕਿਸੇ ਦੇ ਨਾਲ ਇੱਦਾਂ ਕਰਨ। ਕਈ ਵੀ ਅੱਗੇ ਵੀ ਇਹ 3-4 ਕੇਸ ਪਿੰਡ ਦੇ ਵਿੱਚ ਇੱਦਾਂ ਦੇ ਕਰ ਚੁੱਕੇ ਹਨ। ਗੁਰਦਾਸਪੁਰ ਦੇ ਪਿੰਡ ਵੀਲਾ ਦੀ ਇੱਕ ਬਦਨਸੀਬ ਮਾਂ ਜਿਹੜੀ ਕਿ 2 ਮਹੀਨਿਆਂ ਤੋਂ ਆਪਣੇ ਜਵਾਨ ਲੜਕੇ ਦੀਆਂ ਅਸਥੀਆਂ ਨੂੰ ਆਪਣੀ ਗੋਦੀ ਵਿੱਚ ਰੱਖ ਕੇ ਪੁੱਤ ਦੀ ਮੌਤ ਦਾ ਇਨਸਾਫ ਮੰਗ ਰਹੀ ਹੈ। 27 ਵਰ੍ਹਿਆਂ ਦੇ ਜੁਗਬੀਰ ਸਿੰਘ ਨੂੰ ਪਿੰਡ ਦੀ ਹੀ ਰਹਿਣ ਵਾਲੀ ਲੜਕੀ ਬਲਵਿੰਦਰ ਕੌਰ ਨੇ ਆਪਣੀ ਮਾਂ ਸਮੇਤ ਰਲ ਕੇ ਆਪਣੇ ਪ੍ਰੇਮ ਜਾਲ ਵਿੱਚ ਫਸਾਇਆ ਅਤੇ ਉਸ ਨੂੰ ਬਲੈਕਮੇਲ ਅਤੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜੁਗਬੀਰ ਦੇ ਭਰਾ ਨੇ ਦੱਸਿਆ ਕਿ ਦੋਵੇਂ ਮਾਵਾਂ ਧੀਆਂ ਵੱਲੋਂ ਜੁਗਬੀਰ ਨੂੰ ਨਿੱਤ ਨਵੀਂ ਡਿਮਾਂਡ ਕੀਤੀ ਜਾਂਦੀ ਸੀ ਅਤੇ ਇੱਕ ਦਿਨ ਉਹਨਾਂ ਵੱਲੋਂ ਘਰ ਆ ਕੇ ਕਾਫੀ ਤਮਾਸ਼ਾ ਕੀਤਾ ਗਿਆ ਅਤੇ ਜੁਗਬੀਰ ਦੇ ਥੱਪੜ ਵੀ ਮਾਰੇ ਗਏ, ਜਿਸ ਤੋਂ ਤੰਗ ਆ ਕੇ ਉਸਨੇ ਅਗਲੇ ਦਿਨ ਆਤਮ ਹੱਤਿਆ ਕਰ ਲਈ। ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਜਵਾਨ ਬੇਟਾ ਚਲਿਆ ਗਿਆ ਵਾ, ਅੱਜ ਮੇਰੇ ਦਿਲ ਨੂੰ ਪੁੱਛਿਆ ਜਾਵੇ ਕਿ ਕਮਾਉਣ ਵਾਲਾ ਇਹੀ ਚਾਹੀਦਾ। ਪੁਲਿਸ ਇਹੋ ਸਾਨੂੰ ਲਾਰਾ ਲਾਉਂਦੀ, ਕਰ ਦਿੰਦੇ ਕਰਦੇ ਕੁਛ ਨਹੀਂ, ਕਹਿ ਦਿੰਦੇ ਮਾਤਾ ਕਰਨੀ ਜਾ ਕਰ ਦਾਂਗੇ ਬਸ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਕੋਈ ਇਹ ਮੰਗ ਕਰਦੀ ਆ ਕਿ ਮੇਰਾ ਜਵਾਨ ਬੇਟਾ ਚੜ ਗਿਆ, ਇਹਨਾਂ ਨੂੰ ਸਜ਼ਾ। ਅਸੀਂ ਸਰ ਇਹ ਅਸਥੀਆਂ ਇਨਸਾਫ ਦੀ ਮੰਗ ਕਰਨ ਵਾਸਤੇ ਰੱਖੀਆਂ ਹੋਈਆਂ ਨੇ। 2 ਮਹੀਨਿਆਂ ਤੋਂ ਸਾਨੂੰ ਖੱਜਲ ਖੁਆਰ ਕੀਤਾ ਗਿਆ। ਸਾਡੇ ਬੇਟੇ ਦਾ ਨਾਂ ਜਗਵੀਰ ਸਿੰਘ, ਜਿਹਦੀ ਡੈਥ ਹੋ ਚੁੱਕੀ 2 ਮਹੀਨੇ ਪਹਿਲਾਂ, ਪਿਛਲੇ ਮਹੀਨੇ ਦੀ 6 ਤਰੀਕ ਨੂੰ 5ਵੇਂ ਮਹੀਨੇ ਦੀ, ਅਤੇ ਉਹ ਡੈਥ ਹੋ ਚੁੱਕੀ ਮੁੰਡੇ ਦੀ। ਸੁਸਾਈਡ ਕਰ ਗਿਆ ਜਿਨ੍ਹਾਂ ਦੇ ਕਾਰਨ ਕਰਕੇ ਕੀਤਾ। ਉਹ ਜਨਾਨੀਆਂ ਅੱਜ ਵੀ ਆਜ਼ਾਦ ਘੁੰਮ ਰਹੀਆਂ ਨੇ। ਅਤੇ ਮਾਵਾਂ ਧੀਆਂ ਹੀ ਨੇ ਘਰ ਦੇ ਵਿੱਚ, ਇੱਕ ਉਹਨਾਂ ਦਾ ਮੁੰਡਾ ਵਾ, ਉਹ ਕਮਲਾ ਜਿਹਾ ਛਦਾਈ ਜਿਹਾ ਵਾ, ਉਹ ਇੱਥੇ ਸਾਡੇ ਪਿੰਡ ਦੇ ਵਿੱਚ ਇੱਥੇ ਲਾਗੇ ਰਹਿੰਦੀਆਂ ਵਾ, ਉਹਨਾਂ ਦੇ ਨਾਲ ਇਹਦੇ ਥੋੜ੍ਹੇ ਬਹੁਤ ਗੱਲਬਾਤ ਹੈਗੀ ਸੀ। ਪਹਿਲਾਂ ਉਹ ਆ ਕੇ ਉਹਨਾਂ ਨੇ ਘਰ ਇਹਨਾਂ ਨੂੰ ਤੰਗ ਪਰੇਸ਼ਾਨ, ਮੁੰਡੇ ਨੂੰ ਤੰਗ ਪਰੇਸ਼ਾਨ ਕਰਦੀਆਂ ਸੀ ਵੀ ਇਹਨੂੰ ਬਲੈਕਮੇਲ ਕਰਕੇ ਪੈਸੇ ਖਾਣੇ, ਅਤੇ ਇਹਨੂੰ ਕਹਿਣਾ ਵੀ ਕਦੀ ਸਾਨੂੰ ਮੋਬਾਈਲ ਲੈ ਕੇ ਦੇ, ਕਦੀ ਸਾਨੂੰ ਕੱਪੜੇ ਲੈ ਕੇ ਦੇ, ਇਹੋ ਜਿਹੀ ਮੰਗ ਉਹਨੇ ਕਰਨੀ। ਉਹਦੇ ਮੋਬਾਈਲ ਦੇ ਵਿੱਚ ਰਿਕਾਰਡਿੰਗਾਂ ਹੈਗੀਆਂ ਨੇ ਫੋਨ ਦੇ ਵਿੱਚ, ਬਕਾਇਦਾ ਮੁੰਡੇ ਦੇ ਫੋਨ ਦੇ ਵਿੱਚ। ਅਤੇ ਅਸੀਂ ਉਹਨਾਂ ਨੂੰ ਬਥੇਰਾ ਸਮਝਾਇਆ ਆਖਿਆ ਵੇਖਿਆ, ਕਈ ਵਾਰੀ ਅੱਗੇ ਵੀ ਅਸੀਂ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਉਹਨਾਂ ਨੇ ਨਾ ਉਹ ਸਮਝੀ ਨਹੀਂ ਗੱਲ। ਅਤੇ ਸੋ ਹੁਣ ਉਹ ਸਾਡੇ ਬੇਟੇ ਦੀ ਡੈਥ ਹੋ ਗਈ, ਇਹਨਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਹਨੇ ਸੁਸਾਈਡ ਕਰ ਲਿਆ। ਘਰ ਦੇ ਵਿੱਚ ਇਕੱਲਾ ਉਹ ਹੀ ਕਮਾਉਣ ਵਾਲਾ ਸੀ, ਹੁਣ ਸਾਡਾ ਘਰ ਮੁੱਦਾ ਵੱਜ ਗਿਆ। ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਨੂੰ 2 ਮਹੀਨਿਆਂ ਤੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਉਹ 2 ਜਨਾਨੀਆਂ ਜਿਹੜੀਆਂ ਫਰਾਰ ਨੇ, ਪੁਲਿਸ ਕਹਿ ਰਹੀ ਆ ਵੀ ਭੱਜ ਗਈਆਂ ਨੇ, ਭਗੌੜੀਆਂ ਨੇ, ਅਤੇ ਉਹਨਾਂ ਨੂੰ ਫੜ ਰਹੇ ਹਾਂ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਨਾ ਕੋਈ ਉਹਨਾਂ ਨੂੰ ਫੜ ਰਿਹਾ। ਹਾਂ ਨਹੀਂ, ਉਹਨਾਂ ਨੇ ਆਪ ਹੀ ਫੜ ਲਿਆ ਸੀ, ਇਹਨਾਂ ਨੂੰ ਬੁਲਾ ਲਿਆ ਸੀ ਥਾਣੇ ਅਤੇ ਫਿਰ ਉਹਨਾਂ ਨੂੰ ਛੱਡ ਦਿੱਤਾ। ਕੀ ਕਾਰਨ ਦੱਸਿਆ? ਅਤੇ ਕਾਰਨ ਸਾਨੂੰ ਇਹ ਦੱਸਿਆ ਵੀ ਕੁੜੀ ਨੂੰ ਐਕਸੀਡੈਂਟ ਹੋਇਆ ਜੀ, ਉਹਦੀ ਬਾਂਹ ਗਲ 'ਚ ਪਾਈ, ਉਹਨੇ ਪਲਸਤਰ ਲੱਗਾ ਵਾ, ਸੱਟ ਲੱਗੀ ਆ, ਉਹਨੂੰ ਛੱਡ ਦਿੱਤਾ ਗਿਆ ਫਿਰ। ਉਸ ਤੋਂ ਬਾਅਦ ਹੀ ਫਰਾਰ ਚੱਲਦੀ? ਹਾਂਜੀ। ਅਤੇ ਅਸੀਂ ਫਿਰ ਜਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਛੱਡਿਆ, ਕਾਰਨ ਪੁੱਛਿਆ, ਕਹਿੰਦੇ ਵੀ ਉਹਨੇ ਆਪਣੀ ਡਾਕਟਰੀ ਲੈ ਕੇ ਆਈ, ਮੈਡੀਕਲ ਲੈ ਕੇ ਆਈ ਆ, ਉਹ ਠੀਕ ਨਹੀਂ ਸੀ। ਅਤੇ ਇੱਦਾਂ ਵੀ ਆਪਾਂ ਮੈਡੀਕਲ ਦੇ ਇਕੱਲੇ 'ਤੇ ਵੇਖ ਕੇ ਨਹੀਂ ਉਹਨੂੰ ਛੱਡ ਸਕਦੇ, ਉਹਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਵੀ ਜਾਂ ਤੈਨੂੰ ਅਸੀਂ ਦੁਬਾਰਾ ਬੁਲਾ ਸਕਦੇ ਹਾਂ ਅਤੇ ਤੈਨੂੰ ਥਾਣੇ ਆਉਣਾ ਪਏਗਾ। ਉਹ ਹੁਣ ਪਤਾ ਨਹੀਂ ਇਹਨਾਂ ਨੇ ਥਾਣੇ ਵਾਲਿਆਂ ਨੇ ਉਹਨੂੰ ਭਜਾ ਦਿੱਤਾ, ਹੁਣ ਉਹ ਆ ਨਹੀਂ ਰਹੀਆਂ ਕਾਬੂ। ਅਸਥੀਆਂ ਫਿਰ ਕਿਹਦੇ ਕਹਿਣ 'ਤੇ ਸਾਂਭੀਆਂ ਹੋਈਆਂ ਤੁਸੀਂ? ਅਸਥੀਆਂ ਸਰ ਸਾਨੂੰ ਇਹਨਾਂ ਨੇ ਪੁਲਿਸ ਵਾਲਿਆਂ ਨੇ ਕਿਹਾ ਸੀ ਵੀ ਤੁਸੀਂ ਅਸਥੀਆਂ ਸੰਭਾਲ ਕੇ ਰੱਖੋ, ਕਾਰਵਾਈ ਕਰਾਂਗੇ ਅਸੀਂ, ਸਭ ਕੁਛ ਕਰਾਂਗੇ, ਪਰ ਕੁਛ ਵੀ ਨਹੀਂ, ਕੋਈ ਇਨਸਾਫ ਨਹੀਂ 2 ਮਹੀਨਿਆਂ ਤੋਂ। ਕਿਉਂ ਸੰਭਾਲ ਕੇ ਰੱਖੋ ਅਸਥੀਆਂ? ਕਾਰਨ ਕਹਿੰਦੇ ਸੀ ਕਿ ਅਸੀਂ ਇਹਨਾਂ 'ਤੇ ਕਾਰਵਾਈ ਬਣਦੀ ਕਾਰਵਾਈ ਕਰਵਾਵਾਂਗੇ, ਅਤੇ ਹੁਣ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਰੇ ਰਲੀ ਭੁਗਤਿਆ, ਪੁਲਿਸ ਵਾਲੇ ਵਿੱਚ ਰਲੇ ਹੋਏ ਨੇ ਸਾਰੇ ਮੁਲਾਜ਼ਮ ਉੱਥੋਂ ਵੀ, ਅਤੇ ਪੈਸੇ ਪੂਸੇ ਲੈ ਕੇ ਅਤੇ ਉਹਨਾਂ ਨੂੰ ਛੱਡ ਦਿੰਦੇ ਆ। ਵਧੀਕੀ ਇਹ ਕੀਤੀ ਕਿ ਸ਼ਾਮ ਨੂੰ 6 ਤਰੀਕ ਨੂੰ ਇਹਦੀ ਡੈਥ ਹੁੰਦੀ ਆ ਮੁੰਡੇ ਦੀ, 5 ਤਰੀਕ ਨੂੰ ਸ਼ਾਮ ਨੂੰ ਆ ਕੇ ਉਹਨਾਂ ਨੇ ਘਰ ਇੱਥੇ ਲੜਾਈ ਝਗੜਾ ਕੀਤਾ ਮੁੰਡੇ ਦੀ ਮੰਮੀ ਦੇ ਨਾਲ, ਅਤੇ ਛੋਟੀ ਭੈਣ ਇਕੱਲੀਆਂ ਘਰ ਸੀ ਅਤੇ ਮੁੰਡਾ ਸੀ, ਅਤੇ ਲਾਗੋਂ ਆਂਢੋ ਗੁਆਂਢੋ ਜਦੋਂ ਰੌਲਾ ਸੁਣਿਆ ਅਤੇ ਮੁੰਡਿਆਂ ਨੇ ਆ ਕੇ ਅਤੇ ਵੀਡੀਓ ਬਣਾਈ, ਉਹ ਮਾਵਾਂ ਧੀਆਂ ਆ ਕੇ ਇੱਥੇ ਇਹਨਾਂ ਦੋਵਾਂ ਦੇ ਮਾਵਾਂ ਧੀਆਂ ਦੇ ਗਲ ਪਈਆਂ, ਉਹਨਾਂ ਮੁੰਡੇ ਦੇ ਵੀ ਥੱਪੜ ਮਾਰਿਆ। ਬਕਾਇਦਾ ਵੀਡੀਓ ਸਾਡੇ ਕੋਲ ਹੈਗੀ ਆ ਫੋਨ ਦੇ ਵਿੱਚ, ਮੁੰਡੇ ਦੇ ਥੱਪੜ ਮਾਰਿਆ ਉਹਨੇ, ਨਮੋਸ਼ੀ ਕਰਕੇ ਮੁੰਡੇ ਨੇ ਸਵੇਰੇ ਸੁਸਾਈਡ ਕਰ ਲਿਆ। ਮੰਗ ਕੀ ਕਰਦੇ ਹੋ? ਮੰਗ ਅਸੀਂ ਸਾਰੇ ਚਾਹੁੰਦੇ ਹਾਂ
कि उन्होंने बनती कार्रवाई की जाए। साडा बंदा दुनिया तो चलिया गया, उन्हें तो मुड़ना नहीं, पर असी यह चाहते हैं कि कल कोई होर किसी का धी पोतना उन्होंने काबू च आ जाए, तो होर भी किसी के इदा कर। कई भी अगे भी ये तीन चार केस पिंड इदा के कर चुके हैं। पुलिस सर सानू लारे लप्पे लाई जाती है, दो महीनों तो सानू खजल खराब कर रहे हैं। कभी कहें भी वो को चल जाओ, कभी कसी कभी किसी मंत्री को कभी किसी को जाके एम एल ए को तरले लेंदे फिरते गर्मी के, पर दो महीनों तो सानू पुलिस ने पल्ला नहीं फड़ाया। मैं सरदार जगबीर सिंह का छोटा ब्रदर हाँ। अज तो दो तीन साल पहला मेरे फादर साहब सरदार गुरमुख सिंह जी जो उन्होंने भी डैथ हो चुकी है, उन्होंने तो बाद इन्हों नौकरी मिली सी। जो इन्होंने नौकरी मिली आ बलजिंदर कौर उर्फ पुच्चा तो मलकीत कौर उसकी माता जेडे आदि मगर लगे ही, वो को पैसा लेंदे सी, कपड़िया की मंग फोन की मंग करते, तो इन तो वह बहुत ज़्यादा इन्हों तंग करते। फिर उन्होंने 5 तरीक न घर आण के साडे मतलब मम्मा दे ते उहदे दीदी दे कल पईआं, फिर इन्होंने बकायदा साडे को वीडियो रिकॉर्ड पई है, इन्होंने उहदे थप्पड़ मारिया जिहदे करके वह नमोशी दे विच आण के उन्हें सुसाइड किया। कि समझते हो असी ये गल नूं कह सकते हैं कि उन्होंने अपने प्रेम जाल च फसा के नूं जिहड़ा ब्लैकमेल करना शुरू किया? हाँ जी, उन्होंने बिल्कुल अपने प्रेम जाल दे विच उहनूं फसाया सी, उहनूं डराउंदियां सी, उहनूं ब्लैकमेल इन्ना कु करदियां सी कि उह किसे दी गल सुन जिद्दां कि उह इन्हां दे दबाअ हेठ आण के उहने सुसाइड किया। पुलिस प्रशासन तो आप इंसाफ की मांग करते हैं, आप कहने भी बनती कार्रवाई की जाए। अज साडा भरा गया वा गां किसी का होर धी पुत जवान धी पुत इन्हें शिकार दरखास्त देंगे ने, कि साडा जिहड़ा लड़का आया इहदी मदर वल्लों दरखास्त सी कि मेरा लड़का एक पिंड की ही लड़की तो उहदी मां तो परेशान सीगा भी वह इहनूं ब्लैकमेल करदियां सीगियां जिहड़ा अपने प्रेम जाल विच फसा के, तो वह फिर असी 306 IPC का केस जिहड़ा लड़की के खिलाफ रजिस्टर किया, जिहदे विच लड़की की रिस्ट पैण वाली रहिंदी है, तो उहनूं जल्दी तो जल्दी असी गिरफ्तार कर लवांगे। गुरदासपुर तो जतिंदर कुंडल की रिपोर्ट। असी सर ये अस्थियां इंसाफ की मंग करने वास्ते रखी हुई ने, दो महीनों तो सानू खजल खुआर किया गया तो सुसाइड कर गया, जिन्हां दे कारण करके किया वो जनानियां अज भी आजाद घूम रही ने। उन्होंने बनती कार्रवाई की जाए। साडा बंदा दुनिया तो चलिया गया, उन्हें तो मुड़ना नहीं, पर असी यह चाहते हैं कि कल कोई होर किसी का धी पोतना उन्होंने काबू च आ जाए, तो होर भी किसी के नाल इदा कर। कई भी अगे भी ये तीन चार केस पिंड इदा के कर चुके हैं।